ਜੇ ਤੂੰ ਆਉਣਾ ਕਰਨਾ ਮੰਮੀ ਨੇ ਪਰ ਸਭ ਤੋਂ ਪਹਿਲਾਂ ਤਾਂ ਮੇਰੀ ਮੰਮੀ ਨੇ ਆ ਕੇ ਪਹਿਲਾਂ ਮੈਨੂੰ ਲਾਣੀਆਂ ਕਰਨੀਆਂ ਤੋਂ ਵੀ ਤੂੰ ਇਹ ਮੁੰਡੇ ਨੂੰ ਰੋਵਾਇਆ ਜਾਂ ਤੇਰੀ ਵਜ੍ਹਾ ਨਾਲ ਰੋਇਆ ਫਿਰ ਭੈਣ ਜੀ ਨੇ ਉਤੋਂ ਦੋ ਲਾਣੀਆਂ ਮੇਰੇ ਵੀ ਦੂਜੇ ਮੇਰੇ ਦੋਸਤ ਦੀ ਮੰਮੀ ਵੀ ਜਿਹੜੀ ਆਉਂਦੀ ਸੀ ਨਾਲ ਉਹ ਵੀ ਮੈਨੂੰ ਹੀ ਕੁੱਟ ਕੇ ਚਲੀ ਜਾਂਦੀ ਸੀ ਅੱਛਾ ਜੀ ਮੈਂ ਅੱਜਕੱਲ੍ਹ ਕਹਿ ਦਿੰਨੇ ਨਾ ਮੈਡਮ ਜੀ ਸਾਸਰੀਕਾਲ ਉਹ ਜੀ ਲਾਣਾ ਇੰਨਾ ਕਿ ਸਾਨੂੰ ਕਿ ਸਮਝਾਇਆ ਗਿਆ ਕਿ ਜੀ ਕਹਿਣਾ ਕਿਸੇ ਨੂੰ ਤਾਂ ਸਾਨੂੰ ਭੈਣ ਜੀ ਇੱਕ ਵਰਡ ਲੱਗਣਾ ਕਰਨਾ ਭੈਣ ਜੀ ਤਿੰਨ ਅੱਖਰਾਂ ਦਾ ਵਰਡ ਆ ਤੇ ਅਸੀਂ ਕਹਿਣਾ ਕਰਨਾ ਭੈਣ ਜੀਜੀ ਸਾਸਰੀਕਾਲ ਭੈਣ ਜੀਜੀ ਉਹਨੂੰ ਵੀ ਦੋਵਰੀ ਜੀ ਕਹਿ ਦੇਣਾ ਕਰਨ ਇਹਦਾ ਨਾਂ ਕੀ ਦੱਸਿਆ ਤੂੰ ਪ੍ਰਭ ਅੱਛਾ ਇਹਦਾ ਨਾਮ ਪ੍ਰਭ ਹੈ ਇਹ ਕੌਣ ਹੈ ਇਹ ਮਰ ਕੋਈ ਨਹੀਂ ਲੱਗਦਾ ਇਹ ਤੇਰਾ ਕੁਝ ਨਹੀਂ ਲੱਗਦਾ ਅੱਛਾ ਅੱਛਾ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਬਿਜਲਪੁਰ ਇੱਥੇ ਪ੍ਰੋਫੈਸਰ ਸਾਹਿਬ ਲਾਉਂਦੇ ਰਹੇ ਨੇ ਕਲਾਸਾਂ ਕਲਾਸਾਂ ਨਹੀਂ ਜਮਾਤਾਂ ਸਿਕਲ ਦੋਸਤੋ ਜ਼ਿੰਦਗੀ ਇੰਨੀ ਤੇਜ਼ ਹੋ ਗਈ ਹੈ ਨਾ ਕਿ ਅੱਜ ਬੜੇ ਚਿਰਾਂ ਬਾਅਦ ਇੱਕ ਐਸੀ ਛੁੱਟੀ ਮਿਲੀ ਹੈ ਕਿ ਜਿਸ ਦਿਨ ਕੰਮ ਨਹੀਂ ਮੈਨੂੰ ਨਜ਼ਰ ਆ ਰਿਹਾ ਕੋਈ ਪਰ ਬੜਾ ਜੀ ਕੀਤਾ ਕਿ ਅੱਜ ਮੈਂ ਆਪਣੇ ਪ੍ਰਾਇਮਰੀ ਸਕੂਲ ਦੇ ਵਿੱਚ ਜਾ ਕੇ ਕੁਝ ਯਾਦਾਂ ਤਾਜ਼ੀਆਂ ਕਰਾਂ ਤੇ ਇਹ ਵੀਡੀਓ ਉਹਨਾਂ ਵੀਰਾਂ ਲਈ ਜ਼ਿਆਦਾ ਇੰਟਰਸਟਿੰਗ ਹੋਣੀ ਹੈ ਜਿਹੜੇ 5ਵੀਂ ਕਲਾਸ ਤੱਕ ਮੈਡਮ ਨੂੰ ਪੈਨ ਜੀ ਕਹਿੰਦੇ ਰਹੇ ਨੇ ਇੰਨੀ ਕਿ ਵਧੀਆ ਲੱਗਦਾ ਸੀ ਨਾ ਉਦੋਂ ਇਹ ਇਥੋਂ ਬੱਸ ਲੰਘਣੀ ਕਰਨੀ 9 ਵਜੇ ਤੇ ਜੇ ਸਾਢੇ 9 ਹੋ ਜਾਣਾ ਤੇ ਬੜਾ ਚਾ ਚੜਨਾ ਕਿ ਅੱਜ ਭੈਣ ਜੀ ਆਏ ਨਹੀਂ ਓਏ ਅੱਜ ਛੁੱਟੀ ਹੋ ਗਈ ਬਹੁਤੀਆਂ ਵੱਡੀਆਂ ਉਪਲਬਧੀਆਂ ਤਾਂ ਹਾਸਲ ਨਹੀਂ ਕੀਤੀਆਂ ਪਰ ਕਾਲਜ ਚ ਪੜਾਉਣ ਲੱਗ ਗਏ ਆ ਸੋ ਦੇਖਦੇ ਆ ਅੱਗੇ ਜਾ ਕੇ ਸਕੂਲ ਦੇ ਵਿੱਚ ਮਤਲਬ ਜੀ بڑا ਕਰਦਾ ਹੁੰਦਾ ਹੈ ਕਈ ਵਾਰੀ ਕਾਲਜ ਹੋਈਦਾ ਜਾਂ ਕਿਤੇ ਹੋਰ ਵੀ ਖਿਆਲ ਆ ਜਾਂਦਾ ਕਿ ਸਕੂਲੇ ਜਾਣਾ ਯਾਰ ਉੱਥੇ ਜਾ ਕੇ ਉਹ ਯਾਦਾਂ ਨੂੰ ਤਾਜ਼ਾ ਕਰਨਾ ਕਈ ਉਂਝ ਵਿਛੜ ਗਏ ਕਈ ਅੱਜਕੱਲ ਬਾਹਰ ਚਲੇ ਗਏ ਨੇ ਕੋਈ ਵੱਡੀਆਂ ਨੌਕਰੀਆਂ ਤੇ ਕੋਈ ਏਦਾਂ ਕੋਈ ਫੌਜੀ ਬਣ ਗਿਆ ਕੋਈ ਪੁਲਿਸ ਦੇ ਵਿੱਚ ਹੈ ਸੋ ਇਹ ਤੁਸੀਂ ਵੇਖੋਗੇ ਪਹਿਲਾਂ ਤੇ ਸਕੂਲਾਂ ਵਰਗੇ ਸਕੂਲ ਨੇ ਜਿੱਦਾਂ ਦੇ ਪਿੰਡਾਂ 'ਚ ਹੁੰਦੇ ਨੇ ਇਹ ਕਮਰੇ ਹੁੰਦੇ ਸੀ ਪਹਿਲਾਂ ਇੱਥੇ ਇਹ ਇੱਕ ਕਮਰਾ ਸੀ ਨਾਲ ਇੱਕ ਹੋਰ ਪਾਇਆ ਤੇ ਇਧਰ ਨਾਲ ਹੁਣ ਆਂਗਣ ਵਾਲੀ ਸੈਂਟਰ ਹੈ ਜਿੱਥੇ ਸਾਡੀਆਂ ਕਲਾਸਾਂ ਲੱਗਦੀਆਂ ਸੀ ਉੱਥੇ ਉਹ ਕਮਰੇ ਪੁਰਾਣੇ ਢਾ ਦਿੱਤੇ ਗਏ ਨੇ ਇਹ ਨਵੀਂ ਬਿਲਡਿੰਗ ਤਿਆਰ ਹੋਈ ਹੈ ਤੇ ਇਹ ਪ੍ਰੋਪਰ ਹੁਣ ਇੱਥੇ ਪਾਰਕ ਵਗੈਰਾ ਵੀ ਬਣ ਰਹੀ ਆ ਸਾਰੀ ਬੱਚਿਆਂ ਲਈ ਝੂਲੇ ਵਗੈਰਾ ਇਹ ਗੱਲ ਤੁਸੀਂ ਮੰਨ ਕੇ ਚੱਲੋ ਕਿ 1900 ਕੋਈ 94 95 ਦੀ ਗੱਲ ਹੋਣੀ ਹੈ ਜਦੋਂ ਮੈਂ ਇਥੋਂ ਪੰਜਵੀਂ ਪਾਸ ਕੀਤੀ ਹੋਣੀ ਹੈ ਤੇ ਅੱਜ ਵੀ ਨਾ ਉਦਾਂ ਹੀ ਲੱਗ ਰਿਹਾ ਵੀ ਇੱਥੇ ਅਸੀਂ ਇੱਥੇ ਖੜੇ ਹੁੰਦੇ ਸੀ ਇਦਾਂ ਆਵਲੇ ਜਗ੍ਹਾ ਤੇ ਖੜਨਾ ਤੇ ਉਧਰ ਮੈਂ ਤੁਹਾਨੂੰ ਦਿਖਾਨਾ ਉਹ ਟੈਂਕੀ ਦੇ ਪਰਲੇ ਪਾਸੇ ਜਿਹੜੀ ਸੜਕ ਜਾਂਦੀ ਹੈ ਨਾ ਉਥੋਂ ਯਾਨੀ ਕਿ ਬੱਸ ਆਉਂਦੀ ਹੁੰਦੀ ਸੀ ਤੇ ਅਸੀਂ ਇੱਥੋਂ ਵੱਡੀਆਂ ਚੱਕ ਚਾ ਕੇ ਦੇਖਣਾ ਕਰਨਾ ਕਿ ਭੈਣ ਜੀ ਉਤਰੇ ਆ ਭੈਣ ਜੀ ਉਤਰੇ ਆ ਕਿ ਨਹੀਂ ਜੇ ਬੱਸ ਦੇ ਵਿੱਚੋਂ ਮੈਡਮ ਨੇ ਨਾ ਉਤਰਨਾ ਕਰਨਾ ਤੇ ਉਹ ਬੜਾ ਚਾ ਚੜਨਾ ਵੀ ਅੱਜ ਛੁੱਟੀ ਹੈ ਤੇ ਮੇਰੇ ਭੈਣ ਜੀ ਅੱਜ ਵੀ ਮਤਲਬ ਉਹ ਪਟਿਆਲੇ ਸ਼ਹਿਰ ਚ ਨੇ ਚਰਨਜੀਤ ਕੌਰ ਨਾਮ ਹੈ ਉਹਨਾਂ ਦਾ ਮੈਂ ਅੱਜ ਵੀ ਬੜਾ ਉਹਨਾਂ ਨੂੰ ਮਤਲਬ ਮਿਸ ਕਰਦਾ ਜਿਵੇਂ ਕਹਿ ਲਓ ਕਿ ਆਹੀ ਚੀਜ਼ਾਂ ਇੱਥੇ ਇੱਥੇ ਬੈਠਣਾ ਕਰਨਾ ਜਿਹੜੀ ਆ ਜਗ੍ਹਾ ਨਾ ਮਗਰ ਆ ਖਾਲੀ ਜਗ੍ਹਾ ਜਿਹੜੀ ਹੈ ਇੱਥੇ ਮਤਲਬ ਹੁੰਦਾ ਸੀ ਪੁਰਾਣਾ ਕਮਰਾ ਇੱਥੇ ਕਲਾਸਾਂ ਲੱਗਦੀਆਂ ਸੀ ਉਦੋਂ ਸਾਡੀਆਂ ਤੇ ਜਿਹੜੇ ਸਾਡੇ ਸੀਨੀਅਰ ਸੀ ਉਹ ਉਹ ਇੰਨਾ ਕਮਰਿਆਂ ਚ ਆਹ ਜਗ੍ਹਾ ਅੱਜ ਵੀ ਮੈਨੂੰ ਯਾਦ ਹੈ ਇੱਥੇ ਸਾਡੀ ਯਾਨੀ ਕਿ ਚੌਥੀ ਪੰਜਵੀਂ ਦੀ ਕਲਾਸ ਲੱਗਣੀ ਕਰਨੀ 6-7 ਜਿਹਨੇ ਹੁੰਦੇ ਸੀ ਉਦੋਂ ਅਸੀਂ ਤੇ ਉਹ ਸਾਰੀਆਂ ਗੱਲਾਂ ਯਾਦ ਆਉਂਦੀਆਂ ਉਸ ਕਮਰੇ ਚ ਬੈਠ ਕੇ ਮਤਲਬ ਗੱਲ ਕਿੱਦਾਂ ਦੀ ਹੈ ਨਾ ਗੱਲ ਯਾਦ ਆ ਜਾਂਦੀ ਹੈ ਘਰੋਂ ਚੱਲਣ ਲੱਗਿਆਂ ਮੈਨੂੰ ਵੀ ਨਹੀਂ ਸੀ ਪਤਾ ਤੇ ਮੈਡਮ ਕਹਿੰਦੇ ਵੇ ਮੇਰਾ ਨਾਮ ਕਾਕਾ ਲੈਂਦੇ ਹੁੰਦੇ ਸੀ ਉਹ ਕਿ ਕੱਕੇ ਕੁਝ ਵੀ ਤੂੰ ਕੁਝ ਸੁਣਾ ਦੇ ਹਫਤਾ ਵਗੈਰਾ ਹਨਾ ਤੇ ਮਤਲਬ ਸੰਗ ਸ਼ਰਮ ਇੰਨੀ ਨਹੀਂ ਸੀ ਹੁੰਦੀ ਤੇ ਮੈਡਮ ਨੇ ਕਹਿਣਾ ਸੁਣਾ ਦੇ ਐਸਾ ਖੜੇ ਹੋ ਕੇ ਤੇ ਉੱਚੀ ਉੱਚੀ ਗਾਣ ਲੱਗ ਜਾਣਾ ਕਰਨਾ ਤੇ ਉਹ ਗੱਲ ਵੀ ਯਾਦ ਆਉਂਦੀ ਹੈ ਜਿਹੜੇ ਮੇਰੇ ਸਿਸਟਰ ਨੇ ਵੱਡੇ ਉਹ ਸਾਡੇ ਤੋਂ ਕੋਈ 1-2 ਕਲਾਸ ਅੱਗੇ ਹੁੰਦੇ ਸੀ ਯਾਨੀ ਕਿ ਇਨਫਰਾਸਟ੍ਰਕਚਰ ਜਿਹੜਾ ਸਕੂਲਾਂ ਦਾ ਉਹ ਪ੍ਰੋਪਰ ਚੇਂਜ ਹੋ ਗਿਆ ਤੇ ਹੋ ਵੀ ਰਿਹਾ ਹੈ ਚੰਗੀ ਗੱਲ ਹੈ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ ਨਾਲ ਕੰਪੀਟ ਕਰਨਾ ਚਾਹੀਦਾ ਤਾਂ ਕਿ ਲੋਕ ਆਪਣੇ ਉਹ ਬੱਚਿਆਂ ਨੂੰ ਇੱਥੇ ਪੜਾ ਸਕਣ ਤੇ ਬਹੁਤਾ ਖਰਚਾ ਨਾ ਕਰਨ ਜਿਹੜੇ ਕਰ ਸਕਦੇ ਨੇ ਉਹ ਤੇ ਕਰਨ ਗਈ ਉਹ ਘਰੋਂ ਮੈਸੇਜ ਕਰਕੇ ਆਇਆ ਸੀ ਕਿ ਇੱਥੇ ਮੈਂ ਘੜੀਦੋ ਬੈਠਣਾ ਤੇ ਕੁਝ ਗੱਲਾਂ ਆਪਣੇ ਨਾਲ ਆਪਣੇ ਨਾਲ ਜਿਹੜੀਆਂ ਬੀਤੀਆਂ ਗੱਲਾਂ ਨੇ ਕਈ ਮੇਰੇ ਨਾਲ ਜਿਨ੍ਹਾਂ ਨੇ ਚੌਥੀ ਪੰਜਵੀਂ ਪੜ੍ਹੀ ਐ ਇਸ ਟਾਈਮ ਉਹ ਕੈਨੇਡਾ ਯੂ ਐਸ ਏ ਇੰਗਲੈਂਡ ਆਸਟ੍ਰੇਲੀਆ ਉੱਥੇ ਆਪਣੀਆਂ ਫੈਮਿਲੀਜ਼ ਦੇ ਨਾਲ ਵੀ ਨੇ ਕਈ ਅਜੇ ਪੜ੍ਹਾਈ ਦੇ ਬੇਸਤੇ ਵੀ ਗਏ ਨੇ ਕਈ ਨੌਕਰੀ ਕਰਕੇ ਜਾਂ ਕਿੱਦਾਂ ਵੀ ਉਹ ਬਾਹਰਲੇ ਮੁਲਕਾ ਚ ਨੇ ਜੇਕਰ ਅੱਜ ਉਹ ਆ ਮੇਰੀ ਵੀਡੀਓ ਵੇਖਣਗੇ ਤਾਂ ਪੱਕਾ 100% ਫੋਨ ਤਾਂ ਆਏਗਾ ਉਹਨਾਂ ਦਾ ਕਿ ਸਾਨੂੰ ਵੀ ਕੁਝ ਯਾਦ ਆਇਆ ਲੜਦੇ ਵੀ ਬੜਾ ਹੁੰਦੇ ਸੀ ਔਰ ਇੱਕ ਨਿੱਕਾ ਜਿਹਾ ਬੱਚਾ ਵੀ ਆ ਰਿਹਾ ਮੈਨੂੰ ਲੱਗਦਾ ਹੈ ਕੀ ਨਾਮ ਹੈ ਤੇਰਾ ਹੈਂ ਗੁਰਪ੍ਰਤਾਪ ਉਰਾ ਆਉ ਕੌਣੇ ਨਾਲ ਤੇਰੇ ਇਹਦਾ ਨਾਮ ਹੈ ਪ੍ਰਭ ਪ੍ਰਭ ਤੂੰ ਕਿਹਦਾ ਮੁੰਡਾ ਤੇਰੇ ਡੈਡੀ ਦਾ ਨਾਮ ਕੀ ਏ ਮੇਰੇ ਡੈਡਾ ਦਾ ਨਾਮ ਦੀਵ ਸਿੰਘ ਹਾਂ ਤੂਫਾਨ ਗੱਡੀ ਤੇਰੇ ਡੈਡੀ ਦਾ ਨਾਮ ਮਨਦੀਪ ਸਿੰਘ ਤੂਫਾਨ ਗੱਡੀ

ਮੈਂ ਵੀਡੀਓ ਬਣਾਉਣਾ ਪਿਆ ਮੈਂ YouTube ਤੇ ਪਾਣੀ ਹੈ ਦੋਸਤਾਂ ਨੂੰ ਖਾਵਾਂਗਾ ਤੂੰ ਵੀ ਆ ਕਾ ਤੋ ਲਈ ਫਿਰਨੇ ਕਰਦਾ ਤੂੰ ਦੋ ਚਾਕੂ ਕਾ ਤੋ ਚੱਕੇ ਨੇ ਹਾਂ ਅ ਚਾਕੂ ਕਾ ਤੋ ਚੱਕੇ ਨੇ ਤੂੰ ਉਹ ਹੱਥ 'ਚ ਵੱਜਣਗੇ ਰਹਿਣ ਦੇ ਲੈ ਮੈਨੂੰ ਦੇ ਦੇ ਮੈਂ ਘਰ ਫੜਾ ਦੂੰਗਾ ਤੇਰੇ ਹਾਂ ਫਿਰ ਕੀ ਕਰਾਂਗੇ ਇਹਦਾ ਚਾਕੂ ਦਾ ਹਾਂ ਮਮਾ ਨੂੰ ਕਹਾਂ ਮੈਨੂੰ ਬੈਟ ਬੋਲ ਦੇ ਦਿਓ ਠੀਕ ਹੈ ਤੇ ਉਹ ਚਾਕੂ ਵਾਲੇ ਨੂੰ ਤੇ ਮੈਂ ਦੇਤੀ ਟੋਫੀ ਮੈਂ ਤੂੰ ਜਾ ਕੇ ਘਰੇ ਚਾਕੂ ਦੇ ਦੇ ਕਹਿੰਦਾ ਠੀਕ ਹੈ ਲੋ ਜੀ ਬੱਚਿਆਂ ਨੇ ਵਧੀਆ ਹਰਣਕ ਲਾਗੇ 2 ਮਿੰਟ ਤੇ ਇਹ ਮੈਂ ਗੱਲ ਕਰ ਰਿਹਾ ਸੀ ਕਿ ਮੇਰਾ ਇਹ ਵਾਲੀ ਤਸਵੀਰ ਦੇਖ ਕੇ ਵੀਡੀਓ ਦੇਖ ਕੇ ਮੇਰੇ ਦੋਸਤ ਮਿੱਤਰ ਮੈਨੂੰ ਫੋਨ ਕਰਨਗੇ ਸ਼ਾਇਦ ਪਿੰਡ ਚੋਂ ਵੀ ਕਿਸੇ ਦਾ ਫੋਨ ਆ ਜੇ ਜਿਨ੍ਹਾਂ ਨੇ ਜੋ ਮਰੀਤ ਚੀਜ਼ ਵੀਡੀਓ ਦੇਖਣਗੇ ਵੀ ਇੱਥੇ ਅਸੀਂ ਵੀ ਆ ਕੁਝ ਕਰਦੇ ਰਹੇ ਆ ਇਸ ਜਗ੍ਹਾ ਨੂੰ ਦੇਖ ਕੇ ਮੈਨੂੰ ਯਾਦ ਆ ਗਿਆ ਕਿ ਜਦੋਂ ਕਦੇ ਮੈਂ ਲੜ ਪੈਣਾ ਕਿਸੇ ਨਾਲ ਆਪਣੇ ਦੋਸਤ ਬੇ ਮੇਲੀ ਨਾਲ ਫਿਰ ਉਹ ਘਰਦਿਆਂ ਨੂੰ ਬੁਲਾ ਲੈਂਦੇ ਸੀ ਮੈਡਮ ਜੀਤ ਵੀ ਤੁਹਾਡਾ ਮੁੰਡਾ ਸ਼ਰਾਰਤ ਕਰਦਾ ਜਾਂ ਕਿਦਾਂ ਤੇ ਮੇਰੇ ਨਾਲ ਕੀ ਮਾੜੀ ਹੋਣੀ ਕਰਨੀ ਕਿ ਕਸੂਰ ਤੇ ਕੋਈ ਸੋਚੋ ਮੇਰਾ ਕੋਈ 10% ਹੁੰਦਾ ਵੀ ਸੀ ਜਾਂ 50% ਲਾ ਲਓ ਤੁਸੀਂ ਅੱਧਾ ਕਸੂਰ ਮੇਰਾ ਮੇਰੇ ਇਹ ਹੁੰਦਾ ਹੁੰਦਾ ਸੀ ਕਿ ਸਭ ਤੋਂ ਪਹਿਲਾਂ ਤਾਂ ਮੇਰੀ ਮੰਮੀ ਨੇ ਆ ਕੇ ਪਹਿਲਾਂ ਮੈਨੂੰ ਲਾਣੀਆਂ ਕਰਨੀਆਂ ਦੋ ਵੀ ਤੂੰ ਇਹ ਮੁੰਡੇ ਨੂੰ ਰੋਇਆ ਜਾਂ ਤੇਰੀ ਵਜ੍ਹਾ ਨਾਲ ਰੋਇਆ ਫਿਰ ਭੈਣ ਜੀ ਨੇ ਉਤੋਂ ਦੋ ਲਾਣੀਆਂ ਮੇਰੇ ਵੀ ਹੁਣ ਇਹਦਾ ਕਸੂਰ ਪ੍ਰੋਪਰ ਹੋ ਗਿਆ ਫਿਰ ਉਹ ਦੂਜੇ ਮੇਰੇ ਦੋਸਤ ਦੀ ਮੰਮੀ ਵੀ ਜਿਹੜੀ ਆਉਂਦੀ ਸੀ ਨਾਲ ਉਹ ਵੀ ਮੈਨੂੰ ਹੀ ਕੁੱਟ ਕੇ ਚਲੀ ਜਾਂਦੀ ਸੀ ਜਦੋਂ ਸਾਡਾ ਰਿਜ਼ਲਟ ਆਣਾ ਆਉਸ ਹੁੰਦਾ ਸੀ ਰਿਜ਼ਲਟ ਅਨਾਉਂਸ ਹੁੰਦਾ ਸੀ 31 ਮਾਰਚ ਨੂੰ ਜਿਵੇਂ ਕਰਕੇ ਤੇ ਘਰੋਂ ਤੋਂ ਅਸੀਂ ਨਾ ਫੁੱਲ ਲੈ ਕੇ ਆਉਣੇ ਕਰਨੇ ਕਿ ਮੈਡਮ ਜਦੋਂ ਰਿਜ਼ਲਟ ਅਨਾਉਂਸ ਕਰਨਾ ਤੇ ਅਸੀਂ ਆਪਣੇ ਗੋਦੀ ਚ ਜੋ ਉਸ ਲਫਾਫੇ ਰੱਖੇ ਹੁੰਦੇ ਸੀ ਉਹਨਾਂ ਚੋਂ ਫੁੱਲ ਮੈਡਮ ਦੇ ਉੱਪਰ ਇੱਦਾਂ ਸੱਟਦੇ ਸੀ ਤੇ ਮੈਨੂੰ ਅੱਜ ਤੱਕ ਆਸੇ ਦੀ ਗੱਲ ਯਾਦ ਹੈ ਇੱਕ ਵਾਰੀ ਕੀ ਹੋਇਆ ਕਿ ਫੁੱਲ ਤਾਂ ਦਿੱਤੇ ਸੁੱਟ ਅਸੀਂ ਇੱਕ ਵਾਰੀ ਉਹ ਖਤਮ ਹੋ ਗਏ ਫੁੱਲ ਫਿਰ ਭਾਈ ਵੇਖੋ ਵੇਖ ਜਿਹੜੇ ਨੀਚੇ ਫਿਰ ਕਾਫੀ ਜ਼ਿਆਦਾ ਢੇਰ ਜਿਹਾ ਲੱਗ ਗਿਆ ਫੁੱਲਾਂ ਦਾ ਫਿਰ ਮੈਡਮ ਨੇ ਨਾ मैडम ਨੇ ਆਪਣੇ ਉੱਪਰ ਇਹਦਾ ਚੁੰਨੀ ਲੈ ਲੈਣੀ ਕਰਨੀ ਤੇ ਚੁੰਨੀ ਲੈ ਕੇ ਦੇ ਅਸੀਂ ਦੀੱਚੇ ਤੋਂ ਮਿੱਟੀ ਵਾਲੇ ਫੁੱਲ ਚੱਲਣ ਦੇ ਉੱਪਰ ਕਿਉਂਕਿ ਬੱਚੇ ਹੁੰਦੇ ਸਨ ਮੈਡਮ ਵੀ ਇਦਾਂ ਯਾਨੀ ਕਿ ਜਿਵੇਂ ਮਾਂ ਨਹੀਂ ਹੁੰਦੀ ਇੱਕ ਉਸ ਤਰੀਕੇ ਨਾਲ ਟ੍ਰੇਡ ਕਰਦੇ ਹੁੰਦੇ ਸਨ ਵੀ ਇਹਨਾਂ ਨੂੰ ਕਹਿਣਾ ਕੀ ਆ ਹੁਣ ਵੀ ਚੱਲ ਜੋ ਹੈ ਬਸ ਮਣਾ ਸਹਿਣ ਕਰ ਲੈ ਅੱਛਾ ਜੀ ਮੈਂ ਅੱਜਕੱਲ ਕਹਿਦ ਨੇ ਨਾ ਮੈਡਮ ਜੀ ਸਸਰੀਕਾਲ ਉਹ ਜੀ ਲਾਣਾ ਇੰਨਾ ਕਿ ਸਾਨੂੰ ਕਿ ਸਮਝਾਇਆ ਗਿਆ ਕਿ ਜੀ ਕਹਿਣਾ ਕਿਸੇ ਨੂੰ ਤਾਂ ਸਾਨੂੰ ਭੈਣ ਜੀ ਇੱਕ ਵਰਡ ਲੱਗਣਾ ਕਰਨਾ ਭੈਣ ਜੀ ਤਿੰਨ ਅੱਖਰਾਂ ਦਾ ਵਰਡ ਆ ਤੇ ਅਸੀਂ ਕਹਿਣਾ ਕਰਨਾ ਭੈਣ ਜੀ ਜੀ ਸਾਸਰੀ ਕਾਲ ਭੈਣ ਜੀ ਜੀ ਉਹਨੂੰ ਵੀ ਦੋਵਰੇ ਜੀ ਕਹਿ ਦੇਣਾ ਕਰ ਤੇ ਵਧੀਆ ਲੱਗਾ ਮੈਨੂੰ ਆਪਣੇ ਸਕੂਲ ਦਾ ਗੇੜਾ ਤੁਸੀਂ ਵੀ ਆਪਣੇ ਕੰਮਕਾਰਾਂ ਚ ਵਿਹਲੇ ਹੋ ਕੇ ਨਾ ਜਿਹੜੇ ਮੇਰੇ ਵੀਰ ਵੀ ਪੰਜ ਸੱਤ ਜਮਾਤਾਂ ਵਿੱਚ ਘਟੋ ਘਟ ਪੜੇ ਹੋਣਗੇ ਉਹ ਜ਼ਰੂਰ ਆਪਣੇ ਸਕੂਲ ਚ ਜਾਇਓ ਤੁਹਾਨੂੰ ਕਾਫੀ ਕੁਝ ਉੱਥੋਂ ਸਿੱਖਣ ਨੂੰ ਸਿੱਖਣ ਨੂੰ ਤੇ ਕੀ ਹੈ ਵੀ ਤੁਹਾਨੂੰ ਯਾਦ ਆਊਗਾ ਨਾ ਕੁਝ ਤੇ ਦਿਮਾਗ ਤੁਹਾਡਾ ਸੋਹਣਾ ਵਧੀਆ ਫੀਲ ਕਰੂਗਾ ਜਿਹੜੀ ਤੈਨੂੰ ਚਾਕੂ ਕਿੱਥੇ ਨੇ ਤੇਰੇ ਦੱਸ ਪਹਿਲਾਂ ਮੈਨੂੰ ਕਰ ਦੇ ਆਇਆ ਹੈ ਨਾ ਪੱਕਾ ਚੀਜੀ ਮਿਲੀ ਤੈਨੂੰ ਕਿ ਨਹੀਂ ਨਾ ਲੈ ਫੜ ਫਿਰ ਚੀਜੀ ਖਾ ਲਈ ਪ੍ਰੋਮਿਸ ਕਰ ਪਹਿਲਾਂ ਮੇਰੇ ਨਾਲ ਵੀ ਚਾਕੂ ਨਹੀਂ ਲੈ ਕੇ ਆਏਂਗਾ ਅੱਗੇ ਤੋਂ ਤੂੰ ਅੱਗੇ ਤੋਂ ਪ੍ਰੋਮਿਸ ਕਰ ਵੀ ਚਾਕੂ ਨਹੀਂ ਲੈ ਕੇ ਆਣੇ ਤੂੰ ਮੈਂ ਚਾਕੂ ਨਹੀਂ ਲੈਣਾ ਪ੍ਰੋਮਿਸ ਓਕੇ ਠੀਕ ਹੈ ਫਿਰ ਜਾ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ